ਆਪੀ ਸੱਚੇ ਪਾਤਸ਼ਾਹ ਵਾਹਿਗੁਰੂ ਮਰਵਾਉਂਦਾ, ਬੰਦੇ ਦੇ ਦਮ ਤੇ ਥਾਪੀ ਨਹੀਂ ਵੱਜਦੀ। ਪਹਿਲਾਂ ਨੀ ਕਿਸੇ ਨੇ ਮਾਰੀ, ਅਸੀਂ ਕਿਉਂ ਮਾਰੀ ਹੈ? ਸਾਨੂੰ ਕਹਿ ਕੇ ਤੋਰਿਆ ਬਾਬੇ। ਪਹਿਲਾਂ ਤਾਂ ਕਹਿਣਗੇ ਅਮਿਤਰੀ ਟੀਮ ਬਣਾਓ, ਪਿੰਡ ਦੀ ਟੀਮ, ਪਿੰਡ ਦੇ ਪਲੇਅਰ ਖੇਡਦੇ ਕਿਉਂ ਨੀ? ਹੈਨਾ, ਜੇ ਖੇਡ ਲਏ ਫਿਰ ਮਤਲਬ ਕੀ ਆ? ਜਿਹੜਾ ਹੁਣ ਪੰਜ ਛੇ ਬਾਹਰੋਂ ਖੇਡਦੇ ਸਾਰਿਆਂ ਨੂੰ ਪਤਾ। ਚੱਲ ਅਸੀਂ ਇਹ ਨੀ ਕਹਿੰਦੇ ਉਹਨਾਂ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ, ਠੀਕ ਆ? ਟੀਮ ਐਂਟਰ ਕਰ ਲਈ, ਪਹਿਲਾਂ ਤਾਂ 32 ਟੀਮਾਂ ਦਾ ਰੂਲ ਸੀ, ਰੂਲ ਤੇ ਰਹੋ ਨਾ। ਪਰ ਜੇ ਉਈ ਉਹਨਾਂ ਨੂੰ ਪੈ ਦੇਣਾ ਦੇ ਦਿਓ, ਫਿਰ ਸਾਡੇ ਕੋਲ ਤੜਕ ਦੇ ਛਿੱਤਰ ਪਾਈ ਜਾਂਦੇ, ਇੰਨੀ ਠੰਡ ਆ। ਜੇ ਤਾਂ ਤੁਹਾਨੂੰ ਵਧੀਆ ਲੱਗ, ਜੇ ਤਾਂ ਤੁਹਾਨੂੰ ਐਂ ਲੱਗਦਾ, ਅਸੀਂ ਛਿੱਤਰ ਖਾ ਕੇ ਵੀ ਭੱਗ ਜਾਂਦੇ ਗਰਾਊਂਡ 'ਚੋਂ, ਖੇਡ ਲੈਂਦੇ ਮੈਚ, ਤੁਹਾਨੂੰ ਲੱਗਦਾ ਵਧੀਆ? ਇੱਕ ਟੀਮ ਦੇ ਵਿੱਚ ਵੱਧ ਪਲੇਅਰ ਆ, ਇੱਕ 'ਚ ਘੱਟ ਆ, ਸਾਨੂੰ ਦੱਸੋ। ਜੇ ਸਾਡਾ ਮੈਚ ਪਹਿਲਾਂ ਤਾਂ ਅਸੀਂ ਪਹਿਲਾਂ ਲਾਉਂਦੇ, ਹੁਣ ਸੇਮੀ 'ਚ ਆ ਗਿਆ, ਹੁਣ ਇਤਰਾਜ ਤਾਂ ਲਾਵਾਂਗੇ ਨਾ। ਫਿਰ ਕਹਿਣਾ ਨਾ ਪਿੰਡ ਦੇ ਪਲੇਅਰ ਨੀ ਉੱਡਦੇ, ਪਿੰਡ ਦੀ ਟਾਈ ਨੀ ਹੁੰਦਾ ਜੀ। ਦੱਸੋ, ਛਿੱਤਰ ਖਾ ਲੈਂਦੇ ਬਾਈ, ਖਾ ਕੇ ਵਗ ਜਾਏ ਘਰਾਂ ਨੂੰ। ਹੈਲੋ, ਉਹ ਨੰਦੀ, ਜਿਹੜੇ ਆ ਲੋਕ ਨੇ ਬਾਹਰ, ਇਹਨਾਂ ਦੀ ਕਦਰ ਕਰੀ ਦੀ ਹੁੰਦੀ ਆ, ਆਵਾਜ਼ ਆ ਵੀ ਕੀ ਲੋਕ ਕੀ ਚਾਹੁੰਦੇ ਆ। ਹੁਣ ਮੈਚ ਇੰਨੇ ਹੋ ਗਿਆ, ਸੈਮੀ ਫਾਈਨਲ 'ਚ ਟੀਮਾਂ ਕੱਟੀਆਂ ਜਾਣੀਆਂ, ਟੀਮ ਕਹੋ। ਦੂਜੀਆਂ ਟੀਮਾਂ ਨਾਲ ਵੀ ਇਹ ਮੈਚ ਖੇਡ ਕੇ ਜਿੱਤ ਕੇ ਆਏ ਆ। ਦੂਜੀਆਂ ਟੀਮਾਂ 'ਚ ਇਤਰਾਜ਼ ਹੁੰਦਾ ਪਹਿਲੇ ਰਾਊਂਡ ਦੀ, ਆਪਾਂ ਦੂਜੇ ਹੁਣ ਸੈਮੀ ਫਾਈਨਲ 'ਚ ਨਹੀਂ ਕੋਈ ਆਪਦੇ ਮੈਚ ਖੇਡਣੇ ਬਣੇ ਆ। ਹੈਲੋ ਬਾਈ, ਜਿਹੜੇ ਕਹਿੰਦੇ ਨਾ ਵੀ ਦੂਜੀ ਟੀਮ ਤੇ ਨਿਭਰ ਹੋ, ਪਹਿਲੀ ਗੱਲ ਤਾਂ ਬਾਈ ਅਸੀਂ ਸੱਦੇ ਪੱਤਰ ਤੇ ਆਏ ਆ, ਅਸੀਂ ਬਿਨਾਂ ਸੱਦੇ ਪੱਤਰ ਤੇ ਜਾਂਦੇ ਨਹੀਂ। ਜੇ ਸਾਨੂੰ ਕਮੇਟੀ ਨੇ ਸੱਦਿਆ ਅਸੀਂ ਤਾਂ ਆਏ ਆ ਬਾਈ। ਜੇ ਕਿਤੇ ਬਰਸਾਲਪੁਰ ਦੀ ਟੀਮ ਕੱਟੀ ਗਈ ਹੋਵੇ ਬਾਈ ਤਾਂ ਤੁਸੀਂ ਕਹਿ ਦਿਓ ਅਸੀਂ ਭੱਗ ਜਾ ਰਹੇ ਹਾਂ। ਇੱਕ ਵੀ ਮੇਲਾ ਦੱਸ ਦਿਓ ਬਾਈ ਬਰਸਾਲਪੁਰ ਦੀ ਟੀਮ ਇੱਥੇ ਕੱਟੀ ਗਈ ਆ। ਜਿਹੜੀ ਟੀਮ ਬਾਈ ਇਤਰਾਜ ਲਾਉਂਦੀ ਆ ਉਹ ਗੁਰਦੁਆਰੇ ਦੀ ਸਹੁੰ ਖਾ ਜਾਵੇ ਵੀ ਉਹਨਾਂ 'ਚ ਬਚਾਲਣ ਦਾ ਜਾਫੀ ਨਹੀਂ ਸੀ ਬਾਹਰੋਂ, ਤੇ ਤੀਜੀ ਰੇਡ ਵਾਲਾ ਮੁੰਡਾ ਨਹੀਂ ਸੀ ਬਾਹਰੋਂ, ਬਾਈ ਪੰਜ ਨੇ ਬਾਹਰੋਂ, ਤੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਤੇ ਚੜ੍ਹਦੇ ਆ ਸਹੁੰ ਖਾਂਦੇ ਨੇਮ ਕਰਦੇ ਇਵੇਂ ਕਰਨ ਨੂੰ ਜਾਂਦੇ ਆ। ਧੰਨਵਾਦ ਬਾਈ। ਇਹ ਜਦੋਂ ਬਾਈ ਰੂਲ ਆ ਨਾ ਵੀ ਸੈਮੀ ਫਾਈਨਲ 'ਚ ਇਤਰਾਜ਼ ਹੁੰਦਾ ਨਹੀਂ ਤਾਂ ਬਿਨਾਂ ਵਜ੍ਹਾ ਤੋਂ ਰੌਲਾ ਨਾ ਪਾਓ, ਖੇਡਣਾ ਖੇਡੋ, ਐਵੇਂ ਟਾਈਮ ਖਰਾਬ ਨਾ ਕਰੋ। ਪਹਿਲਾਂ ਹੀ ਬਹੁਤ ਹਨੇਰਾ ਹੋ ਗਿਆ, ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਰੂਲ ਮੁਤਾਬਕ ਚੱਲੋ, ਸੈਮੀ ਫਾਈਨਲ 'ਚ ਇਤਰਾਜ਼ ਨਹੀਂ ਮੰਨਿਆ ਜਾਊ ਤਾਂ ਨਹੀਂ ਮੰਨਿਆ ਜਾਊ, ਇਹ ਗੱਲ ਧਿਆਨ ਨਾਲ ਸੁਣ ਲਓ। ਜੇ ਤੁਸੀਂ ਖੇਡਣਾ ਤਾਂ ਦੱਸ ਦਿਓ, ਨਹੀਂ ਖੇਡਣਾ ਤਾਂ ਦੱਸ ਦਿਓ। ਇਸ ਟੂਰਨਾਮੈਂਟ ਨੂੰ ਨਾ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ। ਜਵਾਬ ਨਹੀਂ ਦਿੱਤਾ ਆ ਤੁਹਾਨੂੰ ਬਾਈ, 5 ਮਿੰਟ ਦਿੱਤੇ ਆ, 5 ਮਿੰਟ, 5 ਮਿੰਟਾਂ 'ਚ ਆਪਣਾ ਡਿਸੀਜਨ ਲੈ ਲਓ, ਖੇਡਣਾ ਨਾ ਖੇਡਣਾ, ਬਾਅਦ 'ਚ ਨਾ ਕਿਹੋ ਵੀ ਕੱਟਾਂਗੇ। ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਤੁਸੀਂ ਬਿਨਾਂ ਵਜ੍ਹਾ ਤੋਂ ਰੌਲਾ ਪਾ ਰਹੇ ਹੋ। ਰੀਠਾ ਬਾਈ ਕਹਿੰਦਾ 60 ਦਾ ਨਾਮ ਬਦਨਾਮ ਕਰ ਰਹੇ ਹੋਗੇ, ਕੋਈ ਫਾਇਦਾ ਨਹੀਂ ਆਏਗਾ, ਸਿੱਧੇ ਹੋ ਗਏ ਖੇਡ ਲਓ, ਸੈਮੀ ਫਾਈਨਲ ਤੇ ਇਤਰਾਜ਼ ਨਹੀਂ ਮੰਨਿਆ ਜਾਊ। ਲਓ ਜੀ ਬਰਸਾਲਪੁਰ ਜੇਤੂ ਆ ਕਹਿੰਦੇ ਧੰਨਵਾਦ, ਓਕੇ ਜੀ, ਇੰਨੀ ਹਾਜ਼ਰੀ ਕਬੂਲ। ਹਾਂਜੀ, ਕਮੈਂਟ ਕਰਕੇ ਦੱਸਣਾ ਇਹਦੇ ਵਿੱਚ ਕਮੇਟੀ ਸਹੀ ਹੈ ਜਾਂ ਖਿਡਾਰੀ ਸਹੀ ਹੈਗੀ। ਬਾਕੀ ਜੇ ਤੁਸੀਂ ਇਹ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ, ਧੰਨਵਾਦ ਜੀ।